ਟੈਕ ਆਫਿਸ ਟੂਲਸ ਕਲਾਸ 10th ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਸਿਸਟਮ ਸਾਫਟਵੇਅਰ ਨੂੰ ਪਰਿਭਾਸ਼ਿਤ ਕਰੋ ਕੰਪਿਊਟਰ ਦੇ ਸਾਰੇ ਕੰਮਾਂਕਾਰਾਂ ਨੂੰ ਕੰਟਰੋਲ ਕਰਨ ਲਈ ਜਿਹੜੇ ਸਾਫਟਵੇਅਰ ਵਰਤੇ ਜਾਂਦੇ ਹਨ ਉਹਨਾਂ ਨੂੰ ਸਿਸਟਮ ਸਾਫਟਵੇਅਰ ਕਿਹਾ ਜਾਂਦਾ ਹੈ ਸਿਸਟਮ ਸਾਫਟਵੇਅਰ ਤੋਂ ਬਿਨਾ ਐਪਲੀਕੇਸ਼ਨ ਸਾਫਟਵੇਅਰ ਕੰਮ ਨਹੀਂ ਕਰ ਸਕਦੇ ਸਿਸਟਮ ਸਾਫਟਵੇਅਰ ਕਈ ਕਿਸਮਾਂ ਦੇ ਹੁੰਦੇ ਹਨ ਜਿਵੇਂ ਕਿ अपडेटिंग सिस्टम पाशा ट्रांसलेटर यूटिलिटी प्रोग्राम आद प्रश्न नंबर दूसरा डेटाबेस सॉफ्टवेयर दी व्याख्या ਕਰੋ एक ऑफिस प्रोडक्टिविटी टूल ਹੈ ਡਾਟਾਵੇਸ ਵੰਦ ਤਾਂ ਡਾਟਾ ਦਾ ਸੰਗ੍ਰਹਿ ਹੈ ਇਸ ਟੂਲ ਦਾ ਉਦੇਸ਼ ਡਾਟਾ ਨੂੰ ਸੰਗਠਿਤ ਕਰਨਾ ਤੇ ਪ੍ਰਬੰਧਕ ਕਰਨਾ ਹੁੰਦਾ ਹੈ ਸੰਸਥਾਵਾਂ ਜਾਂ ਕੰਪਨੀਆਂ ਆਪਣਾ ਡਾਟਾ ਸਟੋਰ ਕਰਨ ਲਈ ਇਹਨਾਂ ਸਾਫਟਵੇਅਰਾਂ ਦੀ ਵਰਤੋਂ ਕਰਦੀਆਂ ਹਨ ਅਮੇ ਸੈਕਸਸ ਉਰਾਕਲ ਅਤੇ ਡਾਟਾਵੇਸ ਸੌਫਟਵੇਅਰਾਂ ਦੇ ਆਉਧਾਰਨ ਹਨ ਪ੍ਰਸ਼ਨ ਨੰਬਰ 3 ਮਲਟੀਮੀਡੀਆ ਸੌਫਟਵੇਅਰ ਦੀ ਵਿਆਖਿਆ ਕਰੋ ਮਲਟੀਮੀਡੀਆ ਇੱਕ ਤੋਂ ਵੱਧ ਮੀਡੀਆ ਦੇ ਸਮੇਲ ਨਾਲ ਬਣਦਾ ਹੈ ਮਲਟੀਮੀਡੀਆ ਦੇ ਪੰਜ ਮੁੱਖ ਤੱਤ ਹੁੰਦੇ ਹਨ ਟੈਕਸਟ ਪਿਕਚਰ ਆਡੀਓ ਵੀਡੀਓ ਅਤੇ ਐਨੀਮੇਸ਼ਨ ਮਲਟੀਮੀਡੀਆ ਸਾਫਟਵੇਅਰ ਯੂਜ਼ਰ ਨੂੰ ਇਹਨਾਂ ਤੱਤਾਂ ਦੀ ਵਰਤੋਂ ਨਾਲ ਆਡੀਓ ਵੀਡੀਓ ਫਾਈਲਾਂ ਬਣਾਉਣ ਵਿੱਚ ਮਦਦ ਕਰਦੇ ਹਨ ਮੀਡੀਆ ਪਲੇਅਰ ਅਤੇ ਰੀਅਲ ਪ੍ਰੇਅਰ ਮਲਟੀਮੀਡੀਆ ਟੂਲ ਦੇ ਉਦਾਹਰਣ ਹਨ ਪ੍ਰਸ਼ਨ ਨੰਬਰ 4 ਪੇਜ ਬ੍ਰੇਕ ਕੀ ਹੈ ਪੇਜ ਬ੍ਰੇਕ ਕਿਵੇਂ ਦਾਖਲ ਕੀਤਾ ਜਾਂਦਾ ਹੈ ਪੇਜ ਬ੍ਰੇਕ ਦੀ ਵਰਤੋਂ ਨਵਾਂ ਪੇਜ ਦਾਖਲ ਕਰਨ ਲਈ ਕੀਤੀ ਜਾਂਦੀ ਹੈ ਅਸੀਂ Ctrl Enter ਸ਼ਾਰਟਕਟ ਕੀ ਦੀ ਵਰਤੋਂ ਨਾਲ ਪੇਜ ਬ੍ਰੇਕ داخل ਕਰ ਸਕਦੇ ਹਾਂ ਇਸ ਨੂੰ ਇਨਸਰਟ ਟੈਬ ਦੀ ਮਦਦ ਨਾਲ ਵੀ داخل ਕੀਤਾ ਜਾ ਸਕਦਾ ਹੈ ਜਿਸ ਦੇ ਸਟੈਪ ਇਸ ਪ੍ਰਕਾਰ ਹਨ ਪੁਆਇੰਟ 1 ਅਸੀਂ ਨਵੇਂ ਪੇਜ ਨੂੰ ਜਿਸ ਜਗ੍ਹਾ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਉੱਥੇ ਕਲਿੱਕ ਕਰੋ ਸੈਕੰਡ ਇਨਸਰਟ ਟੈਬ ਤੇ ਕਲਿੱਕ ਕਰੋ ਥਰਡ ਪੇਜ ਗਰੁੱਪ ਵਿੱਚ ਪੇਜ ਬ੍ਰੇਕ ਤੇ ਕਲਿੱਕ ਕਰੋ ਐਸੇ ਸਾਡੇ ਪਾਰਟ ਨੰਬਰ ਇੱਕ ਆਫਿਸ ਟੂਲ ਦੇ ਛੋਟੇ ਕੁਐਸਚਨ ਆਨਸਰ ਪਲੀਜ਼ ਲਾਈਕ ਐਂਡ ਸਬਸਕ੍ਰਾਈਬ